ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਮਿਸ਼ਨ 2017 ਦੀਆਂ ਚੋਣਾਂ ਅਕਾਲੀ ਭਾਜਪਾ ਗੱਠਜੋੜ ਇਕੱਠਿਆਂ ਹੀ ਲੜੇਗਾ। ਉਹਨਾਂ ਕਿਹਾ ਕਿ ਇਹ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ। ਵਿਜੇ ਸਾਂਪਲਾ ਨੇ ਇਸ ਮੌਕੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਮੁੜ ਸੱਤਾ ਵਿੱਚ ਆਵੇਗੀ। ਖਰੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਦਾ ਅਕਾਲੀ ਦਲ ਦਾ ਸਮਝੌਤਾ ਸੀ ਅਤੇ ਚੋਣਾਂ ਵਿੱਚ ਇਹ ਬਰਕਰਾਰ ਰਹੇਗਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 5 ਸਾਲ ਸੂਬੇ 'ਤੇ ਰਾਜ ਕੀਤਾ ਗਿਆ ਸੀ ਅਤੇ ਉਸ ਸਮੇਂ ਪੰਜਾਬ ਦਾ ਬਿਲਕੁਲ ਹੀ ਵਿਕਾਸ ਨਹੀਂ ਹੋਇਆ। ਤੁਸੀਂ ਪਿਛਲੇ  3-4 ਦਿਨਾਂ ਤੋਂ ਯੁਵਾਵਾਂ ਦਾ ਜੋਸ਼ ਦੇਖ ਰਹੇ ਹੋ ਔਰ ਮੇਰਾ ਟੀਚਾ ਇਹੀ ਹੈ ਕਿ ਇਹਨਾਂ ਦੇ ਜੋਸ਼ ਨੂੰ ਸਹੀ ਦਿਸ਼ਾ ਦੇ ਕੇ, ਸਹੀ ਇਹਨਾਂ ਨੂੰ ਰਸਤਾ ਦਿਖਾ ਕੇ ਆਪਣਾ ਮਕਸਦ ਜਿਹੜਾ 2017 ਮਿਸ਼ਨ 2017 ਜਿਹਦੇ ਵਿੱਚ ਅਸੀਂ ਯੁਵਾਵਾਂ ਦਾ ਜੋਸ਼ ਔਰ ਇਸ ਨੂੰ ਹੋਰ ਦੁੱਗਣਾ ਕਰਨਾ ਔਰ ਸਹੀ ਦਿਸ਼ਾ ਵੱਲ ਜੋਸ਼ ਲਗਾਉਣਾ ਔਰ ਜਿਨ੍ਹਾਂ ਬਜ਼ੁਰਗਾਂ ਨੇ ਆਪਣਾ ਜੀਵਨ ਲਾ ਕੇ ਇਸ ਪਾਰਟੀ ਨੂੰ ਖੜ੍ਹਾ ਕੀਤਾ ਹੈ, ਉਹਨਾਂ ਦਾ ਆਸ਼ੀਰਵਾਦ, ਉਹਨਾਂ ਦੇ ਅਨੁਭਵਾਂ ਦਾ ਸਦਉਪਯੋਗ ਕਰਕੇ ਔਰ ਇਹਨਾਂ ਦਾ ਜੋਸ਼ ਦਾ ਉਪਯੋਗ ਕਰਕੇ ਅਸੀਂ 2017 'ਚ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੀ ਗਠਬੰਧਨ ਦੀ ਸਰਕਾਰ ਬਣਾ ਕੇ ਹੈਟ੍ਰਿਕ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕਰਨਾ। ਬਿਊਰੋ ਰਿਪੋਰਟ, ਪੰਜਾਬ ਟੂਡੇ।